ਦੇਖਦੇ ਹੀ ਦੇਖਦੇ ਇੱਕ ਘਰ ਅੱਗ ਦੀ ਲਪੇਟ ਵਿੱਚ ਆ ਗਿਆ। ਦੱਸ ਦਈਏ ਕਿ ਇਸ ਘਰ ਦੇ ਵਿੱਚ ਸ਼ਾਰਟ ਸਰਕਟ ਦੇ ਨਾਲ ਭਿਆਨਕ ਅੱਗ ਲੱਗੀ, ਉਸ ਵੇਲੇ ਜਦੋਂ ਸਾਰਾ ਹੀ ਪਰਿਵਾਰ ਘਰ ਦੇ ਵਿੱਚ ਮੌਜੂਦ ਸੀ। ਅੱਗ ਦੀਆਂ ਲਾਟਾਂ ਦੇਖ ਇੱਕਦਮ ਸਾਰੇ ਬਾਹਰ ਨੂੰ ਭੱਜੇ, ਰੌਲਾ ਪੈ ਗਿਆ। ਆਂਢ ਗੁਆਂਢ ਦੇ ਲੋਕ ਇਕੱਤਰ ਹੋ ਗਏ, ਜਿਨ੍ਹਾਂ ਪਹਿਲਾਂ ਆਪਣੇ ਪੱਧਰ 'ਤੇ ਇਸ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ, ਪਰ ਫਿਰ ਉਹਨਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਦੋ ਗੱਡੀਆਂ ਆਈਆਂ, ਜਿਨ੍ਹਾਂ ਨੇ ਬੜੀ ਮੁਸ਼ਕਤ ਬਾਅਦ ਇਸ ਅੱਗ 'ਤੇ ਕਾਬੂ ਪਾਇਆ। ਅੱਗ ਬੁਝਣ ਤੱਕ ਘਰ ਦੇ ਅੰਦਰ ਪਿਆ ਫਰਨੀਚਰ ਅਤੇ ਹੋਰ ਸਮਾਨ ਸੜ ਕੇ ਸਵਾਹ ਹੋ ਗਿਆ ਸੀ। ਜਲੰਧਰ ਦੇ ਪੌਸ਼ ਏਰੀਏ ਦੇ ਵਿੱਚ ਇਹ ਭਿਆਨਕ ਅੱਗ ਲੱਗੀ। ਅੱਗ ਦੀਆਂ ਲਾਟਾਂ ਦੇਖ ਸਾਰਾ ਪਰਿਵਾਰ ਘਰ ਦੇ ਵਿੱਚੋਂ ਇੱਕਦਮ ਬਾਹਰ ਨਿਕਲਿਆ, ਔਰ ਲਾਟਾਂ ਨੂੰ ਦੇਖ ਕੇ ਧਾਹਾਂ ਮਾਰ ਮਾਰ ਕੇ ਘਰ ਦੀਆਂ ਔਰਤਾਂ ਰੋਂਦੀਆਂ ਨਜ਼ਰ ਵੀ ਆਈਆਂ। ਦੱਸ ਦਈਏ ਕਿ ਦੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਬੜੀ ਮੁਸ਼ਕਤ ਬਾਅਦ ਇਸ ਭਿਆਨਕ ਅੱਗ 'ਤੇ ਕਾਬੂ ਪਾਇਆ। ਚੀਕ ਚਿਹਾੜਾ ਸੁਣ ਕੇ ਆਲੇ ਦੁਆਲੇ ਦੇ ਲੋਕ ਇਕੱਠੇ ਹੋਏ। ਘਰ ਦੇ ਵਿੱਚ 6 ਮੈਂਬਰ ਮੌਜੂਦ ਸੀ ਜਦੋਂ ਭਿਆਨਕ ਅੱਗ ਲੱਗੀ। ਸ਼ਾਰਟ ਸਰਕਟ ਦੇ ਨਾਲ ਇਹ ਅੱਗ ਲੱਗੀ ਕਾਰਨ ਦੱਸਿਆ ਗਿਆ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਜਦੋਂ ਤੱਕ ਇਸ ਅੱਗ 'ਤੇ ਕਾਬੂ ਪਾਇਆ ਉਦੋਂ ਤੱਕ ਸਾਰਾ ਸਮਾਨ ਸੜ ਕੇ ਸਵਾਹ ਹੋ ਚੁੱਕਿਆ ਸੀ। ਰਜਿੰਦਰਪਾਲ ਜੀ, ਆਪਣਾ ਕਿੱਦਾਂ ਹੋਇਆ ਵਾ ਆਪਣੇ ਘਰ ਜਿਹੜਾ ਹਾਦਸਾ, ਤੇ ਕਿੱਦਾਂ ਉਹਦਾ ਘਰ ਕੋਈ ਹੈਗਾ ਸੀ? ਦੂਸਰੇ ਕਮਰੇ 'ਚ ਸੀਗੇ, ਬੇਟੇ ਨੇ ਆ ਕੇ ਦੱਸਿਆ ਕਿ ਉੱਧਰ ਪਾਪਾ ਧੂੰਆਂ ਆ ਰਿਹਾ, ਅਤੇ ਫਿਰ ਅਸੀਂ ਜਦੋਂ ਜਾ ਕੇ ਦੇਖਿਆ ਸਾਰੀ ਅੱਗ ਸੀ। ਬੇਟੇ ਦਾ ਨਾਮ ਅਤੇ ਉਮਰ ਕੀ ਸੀ? ਬੇਟੇ ਦਾ ਨਾਮ ਉਸ ਕਮਰੇ 'ਚ ਉਸ ਟਾਈਮ ਕੋਈ ਹੈਗਾ ਸੀ? ਜਸਲੂਰ ਉਸ ਟਾਈਮ ਉਸ ਕਮਰੇ 'ਚ ਕੋਈ ਹੈਗਾ ਸੀ ਭਾਅ ਜੀ? ਨਹੀਂ, ਉਸ ਕਮਰੇ 'ਚ ਨਹੀਂ ਸੀ। ਅਤੇ ਆਪਣਾ ਫਿਰ ਹੁਣ ਕਿੰਨਾ ਕੁ ਨੁਕਸਾਨ ਹੋ ਗਿਆ ਵਾ ਭਾਅ ਜੀ? ਅਤੇ ਆਪਣਾ ਕੀ ਕਹਿੰਦੇ, ਕੀ ਕੰਮ ਕਰਦੇ ਭਾਅ ਜੀ? ਕਿੰਨੀਆਂ ਗੱਡੀਆਂ ਲੱਗੀਆਂ ਅੱਗ ਬੁਝਾਉਣ ਦੇ ਲਈ? ਘਰ ਦੇ ਵਿੱਚ ਕਿੰਨਾ ਕੁ ਨੁਕਸਾਨ ਹੋਇਆ ਹੋਊਗਾ? ਨੁਕਸਾਨ ਜੋ ਘਰ 'ਚ ਫਰਨੀਚਰ ਵਗੈਰਾ ਸੀਗਾ, ਕੈਸ਼ ਕੁਸ਼ ਖੋਲ ਕੇ ਦੇਖਣਗੇ। ਸਾਰੇ ਘਰ ਦੇ ਵਿੱਚ ਅੱਗ ਲੱਗੀ ਹੈਗੀ ਜਾਂ ਫਿਰ ਸਿਰਫ ਇੱਕ ਸਾਈਡ ਲੱਗੀ ਆ? ਨਹੀਂ, ਇੱਕ ਰੂਮ ਤੋਂ ਅਸੀਂ ਅੱਗੇ ਵਧਣ ਨਹੀਂ ਦਿੱਤੀ, ਕਮਰੇ ਸੀ ਮੁੱਕ ਜਾ ਕੇ ਸਰ।